ਗੱਲ ਉਹ ਸਭ ਤੋਂ ਵੱਧ ਜਿਹੜੀ ਸਿੱਖ ਦੀ ਇੱਜ਼ਤ ਹੈ ਉਹ ਪਗੜੀ ਹੈ। ਵੈਸੇ ਕੋਈ ਵੀ ਜਿਹੜਾ ਪਗੜੀ ਪਹਿਨਦਾ ਹੈ ਸਭ ਤੋਂ ਵੱਧ ਉਹਦੀ ਇੱਜ਼ਤ ਇਸ ਦੇਖੋ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਜੀ। ਮੈਂ ਹੁਣ ਕਿਸੇ ਨੂੰ ਸਿਫਾਰਿਸ਼ ਤਾਂ ਕਰਦੀ ਸਰ ਸਾਹਿਬ ਆਮ ਆਦਮੀ ਜਾਂ ਅਕਾਲੀ ਦਲ ਨੇ ਕੀ ਕੀਤਾ ਜਿਹੜਾ ਹੁਕਮ ਕੀਤਾ ਹੈ। ਦੇਖੋ ਮੈਂ 70-80 ਸਾਲ ਹੋ ਗਏ ਅਸੈਂਬਲੀ 'ਚ, ਪਾਰਲੀਮੈਂਟ ਦੂਜੇ ਸੂਬਿਆਂ ਦੇ ਵੇਖਦੇ, ਕਦੇ ਵੀ ਸਪੀਕਰ ਨੇ ਭਾਵੇਂ ਪਾਰਲੀਮੈਂਟ ਦਾ ਭਾਵੇਂ ਸੂਬਿਆਂ ਦਾ ਇਹ ਮਾਰਸ਼ਲ ਨੂੰ ਨਹੀਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਪੁਲਿਸ ਜਿਹੜੀ ਹੈ ਉਹਦੀ ਉੱਥੇ ਹੈ ਉਹ ਤੋਂ ਜ਼ਬਰਦਸਤੀ ਕੱਢ ਦਿਓ। ਦੇਖੋ ਗੱਲ ਸ਼ੁਰੂ ਕਿਹਨੇ ਕੀਤਾ ਹੈ ਇੰਨਾ ਮਾੜਾ ਕੰਮ। ਦੇਖੋ ਮੇਰੀ ਆਦਤ ਨਹੀਂ, ਮੈਂ ਨਾ ਤਾਂ ਕਦੇ ਕਿਸੇ ਨੂੰ ਨਿੰਦਿਆ ਨਾ ਮੈਨੂੰ ਲੋੜ ਹੈ, ਲੇਕਿਨ ਇਹੋ ਜਿਹਾ ਕੰਮ ਵੀ ਬੀਬੀਆਂ ਜਿਹੜੀਆਂ ਹੈ ਉਹਨਾਂ ਦੀ ਵੀ ਬੇਇੱਜ਼ਤੀ ਕੀਤੀ ਗਈ। ਚਲੋ ਉਹ ਤਾਂ ਜੋ ਮਰਜ਼ੀ ਆਖੀ ਜਾਵੇ ਜੀ, ਅਸੀਂ ਕਿਸੇ ਨੂੰ ਕਿਸੇ ਦਾ ਮੂੰਹ ਤਾਂ ਫੜ ਨਹੀਂ ਸਕਦੇ, ਸਾਨੂੰ ਹੋਰ ਬਥੇਰੇ ਨਿੰਦਿਆ ਕਰਨ ਵਾਲੇ ਕਰੀ ਜਾਣ। ਇੱਕ ਬਾਲ ਸਾਹਿਬ ਬੈਸ ਬ੍ਰਦਰ ਨੇ ਕਿਹਾ ਵੀ ਪਗੜੀ ਉਤਾਰਨ ਦਾ ਮਸਲਾ ਜਿਹੜਾ ਅਕਾਲੀ ਸਰਕਾਰ ਵੱਲੋਂ ਵੀ ਹੁੰਦਾ ਰਿਹਾ ਜੀ, ਉਹਨਾਂ ਨੂੰ ਕਿਸੇ ਨੂੰ ਕੁਛ ਇਨਸਾਫ ਮਿਲੇ ਤਾਂ ਹੁਣ ਸਾਨੂੰ 1986 ਸਰ ਜੀ ਇੱਕ ਹੁੰਦਾ ਹੈ ਅਸੈਂਬਲੀ ਦੇ ਮੈਂਬਰਾਂ ਦਾ ਆਪ ਵੀ ਦੀ ਤਕਰਾਰ ਜਾਂ ਬੋਲਚਾਲ ਜਾਂ ਕੋਈ ਗੱਲ ਜੀ, ਇੱਕ ਹੈ ਕਿ ਪੁਲਿਸ ਨੂੰ ਆ ਕੇ ਇਹ ਸਾਰਾ ਕੁਝ ਕਰਾਉਣਾ, ਜ਼ਬਰਦਸਤੀ ਸਾਰਿਆਂ ਨੂੰ ਬਾਹਰ ਕਢਾਉਣਾ, ਕੁੱਟਣਾ, ਮੁੱਕੀਆਂ ਮਾਰਨੀਆਂ, ਜਿਹੜੇ ਨੁਮਾਇੰਦੇ ਲੱਖਾਂ ਲੋਕਾਂ ਦੇ ਨੁਮਾਇੰਦੇ ਹੈ, ਇਹ ਇੱਕ ਹੁੰਦਾ ਹੈ ਸਮਝੋ ਕਿ ਸਾਰੇ ਪੰਜਾਬ ਦੇ ਲੋਕਾਂ ਦਾ ਸਤਿਕਾਰ ਨਹੀਂ ਛੱਡਿਆ ਉਹਨੇ ਆਪ ਹੀ ਦੀ। ਦੇਖੋ ਇੱਕ MLA ਕਿਸੇ ਨੂੰ ਦੂਜੇ ਨੂੰ ਕੋਈ ਆਖ ਲਏ, ਲੇਕਿਨ ਅੱਜ ਤੱਕ ਇਹ ਵੀ ਨਹੀਂ ਕਿਸੇ ਹੋਇਆ ਕਿ ਇੱਕ ਤਾਂ ਕਿਸੇ ਨੇ ਥੱਪੜ ਮਾਰਿਆ ਹੋਵੇ ਜਾਂ ਮੁੱਕੀ ਮਾਰੀ ਹੋਵੇ। ਜਵਾਨੀ ਕੋਈ ਅਨਪਾਰਲੀਮੈਂਟਰੀ ਲਫ਼ਜ਼ ਵੀ ਕਹਿ ਦਿੰਦੇ ਨੇ ਉਹ ਵੀ ਮਾੜਾ, ਮੈਂ ਨਹੀਂ ਆਦਾ, ਲੇਕਿਨ ਕਿਸੇ ਪੁਲਿਸ ਨੂੰ ਆਰਡਰ ਕਰਕੇ ਸਾਰਿਆਂ ਨੂੰ ਕੱਢ ਦਿਓ ਬਾਹਰ। ਪਰ ਬਾਲ ਸਾਹਿਬ ਸਾਨੂੰ 1986 ਦੇ ਵਿੱਚ ਤੁਹਾਡੀ ਸਰਕਾਰ ਸੀ, ਉਸ ਵਕਤ ਤੁਹਾਡੇ 'ਤੇ ਦੋਸ਼ ਲੱਗ ਰਹੇ ਨੇ ਕਿ ਉਸ ਵਕਤ ਜਿਹੜੇ ਸਪੀਕਰ ਸੀਗੇ ਸੁਰਜੀਤ ਸਿੰਘ, ਉਹਨਾਂ ਨੂੰ ਤੁਹਾਡੇ ਵਿਧਾਇਕਾਂ ਨੇ ਕੁਰਸੀ ਤੋਂ ਧੂ ਕੇ ਖਿੱਚਿਆ ਸੀਗਾ ਕਿ ਉਹ ਤਾਂ ਮੈਂ ਆਪ ਸਾਂ ਮੌਜੂਦ ਸੀ, ਉੱਥੇ ਗਿਆ ਨਹੀਂ। ਇਹ ਜਿਹੜਾ ਹੋਇਆ ਮੈਂ ਕੋਈ ਉਸ ਗੱਲ ਨੂੰ ਵੀ ਚੰਗਾ ਨਹੀਂ ਸਮਝਦਾ। ਦੇਖੋ ਗੱਲ ਮੇਰੀ ਤਾਂ ਆਪਣੀ ਆਤਮਾ ਹੈ ਕਿ ਇਹੋ ਜਿਹਾ ਪਵਿੱਤਰ ਹਾਊਸ ਹੈ, ਇੱਕ ਡੈਮੋਕ੍ਰੇਸੀ ਦਾ ਮੰਦਰ ਹੈ, ਇੱਕ ਡੈਮੋਕ੍ਰੇਸੀ ਦਾ ਸਥਾਨ ਹੈ, ਇੱਥੇ ਪੁਲਿਸ ਨੂੰ ਆ ਕੇ ਦੇਖੋ ਇੱਕ ਸਮਝੋ ਗੱਲ, ਇੱਕ ਤਾਂ MLA ਦਾ ਆਪ ਹੀ ਤਕਰਾਰ ਹੁੰਦਾ, ਇੱਕ ਪੁਲਿਸ ਆ ਕੇ ਬੇਇੱਜ਼ਤੀ ਕਰੇ। ਪੁਲਿਸ ਤਾਂ ਹਾਊਸ ਦੇ ਅੰਡਰ ਹੈ ਨਾ, ਭਾਵੇਂ ਕੋਈ ਵੀ ਹੈ, ਹਾਊਸ ਸੁਪਰੀਮ ਹੈ, ਉਹ ਕਰਨਾ ਇਹ ਤਾਂ ਮੇਰੇ ਅੱਜ ਤੱਕ ਹਿੰਦੁਸਤਾਨ ਕਦੇ ਨਹੀਂ। ਕੇਵਲ ਮਾਫੀਆ ਦੇ ਉੱਪਰ 1300 ਕਰੋੜ ਰੁਪਏ ਦਾ ਜਿਹੜਾ ਘਪਲਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੀਟੀਸੀ ਤੇ ਵਾਸਵੇ ਦੇ ਉੱਪਰ ਜਿਨ੍ਹਾਂ ਨੇ ਟੈਕਸ ਨਹੀਂ ਭਰਿਆਗਾ, ਮਨੋਰੰਜਨ ਟੈਕਸ ਨਹੀਂ ਭਰਿਆਗਾ, 1300 ਕਰੋੜ ਰੁਪਏ ਦਾ ਘਪਲਾ ਹੈ, ਜਿਹਦੇ ਖਿਲਾਫ ਘਪਲਾ ਹੈ ਕਾਨੂੰਨ ਆ ਉੱਤੇ ਐਕਸ਼ਨ ਕਰਿਆ ਜਾਵੇ। ਅਸੀਂ ਕਿਹੜਾ ਕਿਸੇ ਦੀ ਸਪੋਰਟ ਕਰਦੇ ਹਾਂ? ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਚਾਹੇ ਉਹ ਫਾਸਟ ਵਿੱਚ ਹੈ PTC ਹੈ ਜੀ, ਕੋਈ ਹੋਵੇ ਇਹਦਾ ਕੀ ਹੈ ਜੀ, ਜਿਹਦਾ ਕੋਈ ਕਬਲ ਹੈ। ਇੱਕ ਬਾਸਾ GST ਲੱਗਿਆ ਜੀ।